ਸਤਿ ਸ਼੍ਰੀ ਅਕਾਲ, ਮੈਂ ਹਰਮਨ ਕੁਲਾਰ, ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਦੇ ਵੱਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਆਨੰਦਗੜ੍ਹ ਸਥਿਤ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਧਿਆਨ ਸਾਧਨਾ ਕਰ ਰਹੇ ਨੇ, ਅੱਜ ਖਤਮ ਕੀਤੀ ਜਾ ਸਕਦੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਹੀ ਅਰਵਿੰਦ ਕੇਜਰੀਵਾਲ ਦੇ ਯੋਗ ਸੈਂਟਰ ਪਹੁੰਚ ਗਏ। ਅਯੋਧਿਆ ਦੇ ਵਿੱਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਦੇ ਲਈ ਰਾਮ ਭਗਤਾਂ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਨੇ। ਚੰਡੀਗੜ੍ਹ ਦੇ 10,000 ਰਾਮ ਭਗਤ ਅਯੋਧਿਆ ਦੇ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਲਈ ਕਰੀਬ 3 ਲੱਖ ਘਰਾਂ ਨੂੰ ਸੱਦਾ ਪੱਤਰ ਵੰਡ ਰਹੇ ਨੇ। ਬੰਦੀ ਸਿੰਘਾਂ ਦਾ ਪੱਤਰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਸੰਬੰਧੀ ਦਿੱਤੇ ਬਿਆਨ ਦਾ। ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਨੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੇ ਵੱਲੋਂ ਢੁਕਵਾਂ ਜਵਾਬ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਆਨੰਦਗੜ੍ਹ ਸਥਿਤ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਧਿਆਨ ਸਾਧਨਾ ਕਰ ਰਹੇ ਨੇ, ਜੋ ਅੱਜ ਖਤਮ ਕੀਤੀ ਜਾ ਸਕਦੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਹੀ ਅਰਵਿੰਦ ਕੇਜਰੀਵਾਲ ਦੇ ਯੋਗ ਸੈਂਟਰ ਪਹੁੰਚ ਗਏ। ਸੀਐਮ ਭਗਵੰਤ ਮਾਨ ਉਹਨਾਂ ਨੂੰ ਰਿਸੀਵ ਕਰਨਗੇ। ਕੇਜਰੀਵਾਲ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ 19 ਦਸੰਬਰ ਦੀ ਰਾਤ ਤੋਂ ਸਾਧਨਾ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਅੱਜ ਯਾਨੀ ਕਿ 30 ਦਸੰਬਰ ਨੂੰ ਯੋਗ ਸੈਂਟਰ ਕੋਲ ਜਾਣਾ ਸੀ, ਪਰ ਮੌਸਮ ਨੂੰ ਦੇਖਦਿਆਂ ਬੀਤੀ ਰਾਤ ਹੀ ਸੀਐਮ ਮਾਨ ਹੁਸ਼ਿਆਰਪੁਰ ਯੋਗ ਸੈਂਟਰ ਪਹੁੰਚ ਗਏ, ਜੋ ਹਾਲ ਸਥਿਤ ਇੱਕ ਨਿੱਜੀ ਫੈਕਟਰੀ ਦੇ ਵਿੱਚ ਹੈਲੀਪੈਡ ਤੇ ਉਹਨਾਂ ਦਾ ਹੈਲੀਕਾਪਟਰ ਲੈਂਡ ਕੀਤਾ। ਇਸ ਦੇ ਬਾਅਦ ਉਹ ਚੋਹਾਲ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਦੇ ਵਿੱਚ ਚਲੇ ਗਏ। ਮੁੱਖ ਮੰਤਰੀ ਮਾਨ ਦੇ ਆਉਣ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਚੋਹਾਲ ਦੇ ਆਲੇ ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਹਾਲਾਂਕਿ ਮੁੱਖ ਮੰਤਰੀ ਮਾਨ ਦਾ ਪਹਿਲਾ ਆਉਣ ਦਾ ਪ੍ਰੋਗਰਾਮ 30 ਦਸੰਬਰ ਦੀ ਸਵੇਰ ਦਾ ਸੀ, ਪਰ ਮੌਸਮ ਦੇ ਮਿਜਾਜ ਨੂੰ ਦੇਖਦੇ ਹੋਏ ਉਹ ਪਹਿਲੀ ਹੁਸ਼ਿਆਰਪੁਰ ਚਲੇ ਗਏ। ਅਯੋਧਿਆ ਦੇ ਵਿੱਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਦੇ ਲਈ ਰਾਮ ਭਗਤਾਂ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਨੇ। ਚੰਡੀਗੜ੍ਹ ਦੇ 10,000 ਰਾਮ ਭਗਤ ਅਯੋਧਿਆ ਦੇ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਲਈ ਕਰੀਬ 3 ਲੱਖ ਘਰਾਂ ਨੂੰ ਸੱਦਾ ਪੱਤਰ ਵੰਡ ਰਹੇ ਨੇ। ਇਸ ਦੇ ਵਿੱਚ ਰਾਮ ਭਗਤਾਂ ਨੂੰ ਅਯੋਧਿਆ ਦੇ ਵਿੱਚ ਬਣੇ ਰਾਮ ਮੰਦਿਰ ਦੀ ਤਸਵੀਰ ਵਾਲਾ ਪੈਂਫਲੇਟ ਅਤੇ ਸੱਦਾ ਪੱਤਰ ਦਿੱਤਾ ਜਾ ਰਿਹਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਅਭਿਆਨ ਕਮੇਟੀ ਦੇ ਮੈਂਬਰ ਰਾਮ ਮੰਦਿਰ ਦੀ ਤਸਵੀਰ ਅਤੇ ਸੱਦਾ ਪੱਤਰ ਲੈ ਕੇ ਚੰਡੀਗੜ੍ਹ ਪਹੁੰਚ ਗਏ ਨੇ ਅਤੇ ਇਹ ਪੱਤਰ ਲੋਕਾਂ ਦੇ ਵਿੱਚ ਵੰਡੇ ਜਾ ਰਹੇ ਨੇ। 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਉਤਸਵ ਪ੍ਰੋਗਰਾਮ ਮਨਾਇਆ ਜਾ ਰਿਹਾ। ਸ਼੍ਰੀ ਅਯੋਧਿਆ ਧਾਮ ਦੇ ਵਿੱਚ ਰੀਤੀ ਰਿਵਾਜ਼ਾਂ ਅਨੁਸਾਰ ਪੂਜਿਆ ਜਾਣ ਵਾਲਾ ਅਕਸ਼ਤ ਕਲਸ਼ ਚੰਡੀਗੜ੍ਹ ਦੇ ਲਗਭਗ ਸਾਰੇ 116 ਮੰਦਿਰਾਂ ਦੇ ਵਿੱਚ ਸਥਾਪਿਤ ਕੀਤਾ ਗਿਆ। ਨਾਲ ਹੀ ਕਲਸ਼ ਲਗਾਉਣ ਤੋਂ ਬਾਅਦ ਚੰਡੀਗੜ੍ਹ ਦੇ ਕਰੀਬ 10,000 ਰਾਮ ਭਗਤ ਸੱਦਾ ਪੱਤਰ ਦਾ ਕੰਮ ਕਰਨਗੇ। ਕਰੀਬ 3.5 ਸਾਲ ਤੱਕ ਚੰਡੀਗੜ੍ਹ ਦੇ ਵਿੱਚ ਉਹ ਲੋਕਾਂ ਦੇ ਘਰ ਜਾ ਕੇ ਇਸ ਪ੍ਰੋਗਰਾਮ ਲਈ ਸੱਦਾ ਪੱਤਰ ਦੇਣਗੇ। 1 ਜਨਵਰੀ ਤੋਂ 15 ਜਨਵਰੀ ਤੱਕ ਚੰਡੀਗੜ੍ਹ ਦੇ ਹਰ ਘਰ ਨੂੰ ਸੱਦਾ ਪੱਤਰ ਦਿੱਤਾ ਜਾਣਾ ਹੈ। ਬੰਦੀ ਸਿੰਘਾਂ ਦਾ ਪੱਤਰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਸੰਬੰਧੀ ਦਿੱਤੇ ਬਿਆਨ ਦਾ। ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੇ ਵੱਲੋਂ ਢੁਕਵਾਂ ਜਵਾਬ ਭੇਜਿਆ ਗਿਆ, ਜੋ ਇਸ ਤਰ੍ਹਾਂ। ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਕਿਹਾ, ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਹੈ ਤਾਂ ਮੁਆਫੀ ਦਾ ਹੱਕਦਾਰ ਨਹੀਂ ਹੈ। ਤਾਂ ਉਹਨਾਂ ਦਾ ਇਹ ਅਮਿਤ ਸ਼ਾਹ ਜੀ ਨੂੰ ਕਹਿਣਾ ਕਿ ਤੁਸੀਂ ਕਿਸੇ ਵਹਿਮ ਦੇ ਵਿੱਚ ਨਾ ਰਹੋ, ਉਹਨਾਂ ਆਪਣੇ ਕਿੱਤੇ ਤੇ ਕੋਈ ਵੀ ਪਛਤਾਵਾ ਨਹੀਂ ਹੈ, ਬਲਕਿ ਉਹਨਾਂ ਨੂੰ ਮਾਣ ਤੇ ਤਸੱਲੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਜਿੰਦੜੀਆਂ ਨੇ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਨੇ। ਭਾਰਤੀ ਨਿਜ਼ਾਮ ਦੇ ਸੰਦਾਂ ਦੇ ਵੱਲੋਂ ਉਹਨਾਂ ਦੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅਤਿਆਚਾਰਾਂ ਨੂੰ
ਠੱਲ ਪਾਉਣ ਅਤੇ ਗੁਲਾਮੀ ਦੇ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਦਿਆਂ ਉਹ ਮੁਲਕ ਦੇ ਕੈਦ ਖਾਨਿਆਂ ਦੇ ਵਿੱਚ ਕੈਦ ਹੋਏ ਨੇ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਉਹ ਭਾਰਤ ਪੰਜਾਬ ਜੰਗ ਦੇ ਕੈਦੀ ਨੇ ਤੇ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਵੀ ਕਿਸਮ ਦੀ ਰਿਆਇਤ ਜਾਂ ਫਿਰ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ। ਸੋ ਉਹਨਾਂ ਦੀ ਅਰਜੋਈ ਅਕਾਲ ਪੁਰਖ ਦੇ ਅੱਗੇ ਹੈ ਕਿ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਭਾਰਤੀ ਨਿਆਇਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਤੇ ਅੱਗੋਂ ਵੀ ਉਸੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਕੱਟਾਂਗੇ। ਅਸਲ ਤਾਕਤ ਗੁਰੂ ਪੰਥ ਹੈ ਤੇ ਉਹਨਾਂ ਤੇ ਮਿਹਰ ਅਤੇ ਥਾਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਕੌਮ ਉਹਨਾਂ ਦੇ ਲਈ ਚਿੰਤਤ ਹੈ ਤੇ ਬੰਦ ਖਲਾਸੀ ਦੇ ਲਈ ਸੰਘਰਸ਼ਸ਼ੀਲ ਵੀ ਹੈ। ਇਸ ਲਈ ਉਹਨਾਂ ਨੂੰ ਮਾਣ ਹੈ ਤੇ ਉਹਨਾਂ ਦੇ ਲਈ ਇਹ ਹੌਸਲੇ ਵਾਲੀ ਗੱਲ ਹੈ, ਨਾ ਕਿ ਪਛਤਾਵੇ ਵਾਲੀ। ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ 8 ਸਾਬਕਾ ਭਾਰਤੀ ਸੈਨਿਕਾਂ ਨੂੰ ਇਜ਼ਰਾਈਲ ਵਾਸਤੇ ਕਤਰ ਦੀ ਜਸੂਸੀ ਕਰਨ ਦੇ ਦੋਸ਼ ਕਾਰਨ ਫਾਂਸੀ ਦੀ ਸਜ਼ਾ ਉੱਥੋਂ ਦੀ ਅਦਾਲਤ ਨੇ ਦਿੱਤੀ ਸੀ ਤੇ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਜਿਹੜੇ 8 ਭਾਰਤੀ ਸਾਬਕਾ ਸੈਨਿਕ ਨੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲੱਗ ਚੁੱਕੀ ਹੈ। ਵਿਦੇਸ਼ ਮੰਤਰਾਲੇ ਤੇ ਭਾਰਤ ਸਰਕਾਰ ਦੇ ਜਿਹੜੇ ਕੂਟਨੀਤਿਕ ਯਤਨ ਨੇ ਉਹਨਾਂ ਕਰਕੇ ਇਹ ਸਾਰਾ ਕੁਝ ਹੋਇਆ ਤੇ ਕੁਝ ਅਦਾਲਤ ਦੇ ਵਿੱਚ ਫੇਰ ਅਪੀਲ ਪਾਈ ਗਈ ਸੀ। ਹੁਣ ਜਿਹੜਾ ਇੱਕ ਵਿਸਥਾਰਤ ਆਰਡਰ ਅਦਾਲਤ ਦੇ ਵੱਲੋਂ ਪਾਸ ਕੀਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੂੰ ਕਿੰਨੀ ਸਜ਼ਾ ਜਿਹੜੀ ਜੇਲ੍ਹ ਦੇ ਅੰਦਰ ਕੱਟਣੀ ਪਵੇਗੀ ਤੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਦਾਅਵਾ ਕੀਤਾ ਕਿ ਭਾਰਤ ਦੀ ਤੇ ਕਤਰ ਦੀ ਜਿਹੜੀ ਸੰਧੀ ਹੈ, ਕਤਰ ਦੇ ਵਿੱਚ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਤਾਂ 1 ਸਾਲ ਬਾਅਦ ਉੱਥੋਂ ਦੇ ਜਿਹੜੇ ਸ਼ੇਖ ਨੇ ਉਹ ਉਹਨੂੰ ਭਾਰਤ ਵਿੱਚ ਭੇਜ ਸਕਦੇ ਨੇ ਜਾਂ ਭਾਰਤ ਸਰਕਾਰ ਉਹਨਾਂ ਨੂੰ ਸਜ਼ਾ ਕੱਟਣ ਵਾਸਤੇ ਭਾਰਤ ਦੇ ਵਿੱਚ ਮੰਗਾ ਸਕਦੀ ਹੈ। ਸੋ ਹੁਣ ਇਹ ਦੇਖਦੇ ਹਾਂ ਕਿ ਵਿਰਸਾ ਸਿੰਘ ਬਲਟੋਹਾ ਦਾ ਇਸ 'ਤੇ ਕੀ ਕਹਿਣਾ ਕਿ ਇੱਕ ਪਾਸੇ ਜਿੱਥੇ ਜਿਹੜਾ ਹੈ ਕੱਟੜ ਮੁਸਲਮਾਨ ਦੇਸ਼ ਦੇ ਵਿੱਚ ਜੇਕਰ ਜਿਹੜੇ ਭਾਰਤੀ ਕੈਦੀ ਨੇ ਉਹਨਾਂ ਦੀ ਰਿਹਾਈ ਇਸ ਤਰੀਕੇ ਦੇ ਨਾਲ ਹੋ ਸਕਦੀ ਹੈ ਤਾਂ ਫਿਰ ਬੰਦੀ ਸਿੰਘਾਂ ਦੀ ਕਿਉਂ ਨਹੀਂ ਕੀਤੀ ਜਾ ਸਕਦੀ। ਲੁਧਿਆਣਾ ਦੇ ਵਿੱਚ ਬੜੀ ਹੀ ਦਰਦਨਾਕ ਘਟਨਾ ਵਾਪਰੀ ਹੈ। ਪਾਵਰਕੌਮ ਤੋਂ ਰਿਟਾਇਰ ਹੋਈ ਇੱਕ ਔਰਤ ਦੇ ਵੱਲੋਂ 14 ਸਾਲਾ ਕੁੜੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਤੇ ਜਦੋਂ ਚਾਈਲਡ ਡਿਵੈਲਪਮੈਂਟ ਵਾਲੇ NGO ਦੇ ਨਾਲ ਪਹੁੰਚਦੇ ਨੇ ਤਾਂ ਇਸ ਸਾਰੀ ਘਟਨਾ ਦਾ ਪਰਦਾ ਫਾਸ਼ ਹੁੰਦਾ ਤੇ ਜਾਣਕਾਰੀ ਦੇ ਮੁਤਾਬਕ 14 ਸਾਲਾ ਕੁੜੀ ਨੂੰ ਉਸਦਾ ਪਿਓ ਇਹਨਾਂ ਦੇ ਘਰੇ ਛੱਡ ਕੇ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਨੌਕਰਾਣੀ ਬਣਾ ਦਿੱਤਾ ਗਿਆ, ਉਸਦੇ ਨਾਲ ਤਸ਼ੱਦਦ ਢਾਇਆ ਗਿਆ ਤੇ ਜਦੋਂ ਕੂੜੇ 'ਚੋਂ ਰੋਟੀ ਖਾਂਦੀ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਚਾਈਲਡ ਡਿਵੈਲਪਮੈਂਟ ਵਾਲੇ NGO ਦੇ ਨਾਲ ਪਹੁੰਚ ਜਾਂਦੇ ਨੇ ਜਿਸਦਾ ਨਾਮ ਹੈ ਮਨੁੱਖਤਾ ਦੀ ਸੇਵਾ ਤੇ ਉਹ ਹਮੇਸ਼ਾ ਹੀ ਮਨੁੱਖਤਾ ਦੀ ਸੇਵਾਵਾਂ ਦੇ ਵਿੱਚ ਜੁਟੇ ਰਹਿੰਦੇ ਨੇ, ਜਿਸਦੇ ਚੱਲਦਿਆਂ ਇਸ ਕੁੜੀ ਦਾ ਇਹਨਾਂ ਲੋਕਾਂ ਤੋਂ ਛੁਟਕਾਰਾ ਕਰਵਾਇਆ ਗਿਆ ਤੇ ਪੁਲਿਸ ਤੋਂ ਜਾਣਨ ਦੀ ਕੋਸ਼ਿਸ਼ ਕਰਦਿਆਂ ਤੇ ਕਿ ਇਹਨਾਂ ਤੇ ਕਿਹੜੀ ਹੁਣ ਧਾਰਾ ਲਗਾਈ ਜਾ ਰਹੀ ਹੈ। ਇੱਕ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਕਿ ਉਹਨਾਂ ਨੇ ਬੱਚਾ ਰੈਸਕਿਊ ਕੀਤਾ ਹੈਗਾ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਵਾਏ ਹੈਗੇ ਤੇ ਆਪਾਂ ਫਿਰ ਉਹ ਕੰਸਰਨਡ ਬੱਚੇ ਦੀ ਜਿਹੜੀ ਸਟੇਟਮੈਂਟ ਰਿਕਾਰਡ ਕਰਕੇ ਤੇ FIR ਦਰਜ ਕਰ ਦਿੱਤੀ ਹੈ ਜੀ। 316 ਨੰਬਰ FIR ਡਿਵੀਜ਼ਨ ਨੰਬਰ 5 ਥਾਣਾ ਦੇ ਵਿੱਚ ਰਜਿਸਟਰ ਹੋਈ ਹੈ ਜੀ। ਸਰ ਕੋਲ ਕਿੰਨੇ ਆਰੋਪੀ ਤੁਸੀਂ ਬਣਾਏ ਸਰ ਇਹਨੇ? ਬੱਚੇ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਓਨਰ ਹੈਗਾ ਹੈ ਜਿਹੜਾ ਹਰਮੀਤ ਸੂਦ ਲੇਡੀਜ਼ ਹੈਗੇ, ਪਾਵਰਕੌਮ ਤੋਂ ਰਿਟਾਇਰਡ ਇੰਪਲੋਈਜ਼ ਨੇ, ਉਹਨਾਂ ਦੇ ਅਗੇਂਸਟ FIR ਰਜਿਸਟਰ ਹੋਈ ਹੈ। ਇਹ ਪਿਛਲੇ 2 ਸਾਲ ਤੋਂ ਉੱਥੇ ਹੈ ਜਿਹੜਾ ਜੀ ਕੰਮ ਕਰ ਰਹੇ ਹੈਗੇ, ਲੜਕੀ ਦੇ ਫਾਦਰ ਉਹਨਾਂ ਨੂੰ ਛੱਡ ਗਏ ਸੀ, ਸੋ ਲਾਸਟ 2 ਈਅਰ ਜਿਹੜੇ ਹੈਗੇ ਨੇ ਉੱਥੇ ਕੰਮ ਕਰ ਰਹੇ ਹੈ। ਬੱਚੇ ਨੂੰ ਖਾਣ ਪੀਣ ਦਿੱਤਾ ਜਾਂਦਾ ਸੀ? ਨਹੀਂ, ਇਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਅੱਗੇ ਆਏਗਾ ਜੀ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾ ਕਰਨ ਵਾਲੇ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੁੰਦੀ ਹੈ ਜਦੋਂ ਖਿਡੌਣਾ ਪਿਸਤੌਲ ਦੇ ਨਾਲ ਲੁੱਟਖੋ ਕਰਨ ਵਾਲੇ ਨੌਜਵਾਨਾਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰ ਲਿੱਤਾ ਜਾਂਦਾ। ਇਸ ਮੌਕੇ ADCP ਪਰਜੋਤ ਸਿੰਘ ਵਿਰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਮੁੱਦਈ ਨਰੇਸ਼ ਕੁਮਾਰ ਨੇ ਦੱਸਿਆ
ਕਿ ਉਸਦਾ ਮਾਮਾ ਅਕਸ਼ੇ ਕੁਮਾਰ ਵੇਟਰ ਦਾ ਕੰਮ ਕਰਦੇ ਨੇ ਤੇ ਮਿਤੀ 27 ਨੂੰ ਦੋਨੋਂ ਉਦਾਰਾ ਹੋਟਲ ਬਾਈਪਾਸ ਤੋਂ ਵਾਪਸ ਆਪਣੇ ਘਰ ਆ ਰਹੇ ਸੀ ਕਿ ਵਕਤ ਕਰੀਬ 12 ਵਜੇ ਦੁਪਹਿਰ ਦਾ ਹੋਵੇਗਾ ਜਦੋਂ ਗਊਸ਼ਾਲਾ ਨਜ਼ਦੀਕ ਦਾਰਾ ਹੋਟਲ ਪੁੱਜੇ ਤਾਂ ਉਹਨਾਂ ਪਿੱਛੇ ਤੋਂ ਇੱਕ ਐਕਟਿਵਾ ਰੰਗ ਜਿਸਦਾ ਕਾਲਾ ਸੀ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਤੇ ਨੌਜਵਾਨ ਨੇ ਆਪਣਾ ਐਕਟਿਵਾ ਸਕੂਟਰ ਉਹਨਾਂ ਅੱਗੇ ਕਰਕੇ ਰੋਕ ਲਿਆ। ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਪਿਸਟਲ ਦਿਖਾ ਕੇ ਕਿਹਾ ਕਿ ਉਹਨਾਂ ਦੋਨਾਂ ਦੇ ਮੋਬਾਈਲ ਫੋਨ ਖੋਹ ਕੇ ਅਸੀਂ ਉਹਨਾਂ ਨੂੰ ਬੰਦੀ ਬਣਾ ਰਹੇ ਹਾਂ ਤੇ ਉਸ ਤੋਂ ਬਾਅਦ ਉਹ ਨਿਕਲ ਜਾਂਦੇ ਨੇ, ਜਿਸ ਤੇ ਥਾਣਾ ਸਦਰ ਵਿਖੇ ਮੁਕਦਮਾ ਦਰਜ ਕਰਕੇ ਰਜਿਸਟਰ ਕਰ ਲਿੱਤਾ ਗਿਆ। ਦੋ ਕੇਸਾਂ ਦੀ ਜਿਹੜੀ ਹੈਗੀ ਆ ਬਰਾਮਦੀ ਦੇ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਪਹਿਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੁਕਦਮਾ 144 ਨੰਬਰ 379B ਥਾਣਾ ਮਜੀਠਾ ਰੋਡ ਦਾ ਹੈਗਾ। ਇਹਦੇ ਵਿੱਚ ਜਿਹੜੇ ਸਿੱਧੇ ਮਦਈ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਸਨੈਚ ਕੀਤਾ ਗਿਆ ਸੀਗਾ, ਜਿਹਨੂੰ ਸਾਡੇ ਇੰਚਾਰਜ ਫੈਜ਼ਪੁਰੇ ਨੇ ਅਤੇ SHO ਮਜੀਠਾ ਰੋਡ ਨੇ ਜਿਹੜਾ ਹੈਗਾ ਬੜੀ 2 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਜਿਹੜਾ ਸੀਗਾ ਟਰੇਸ ਕਰ ਲਿਆ ਅਤੇ ਇਹਦੇ ਨਾਲ ਬੜੀ ਵਧੀਆ ਜਿਹੜੀ ਸਾਡੀ ਹੈਗੀ ਆ ਰਿਕਵਰੀ ਹੋਈ ਆ। ਨਾਲ ਹੀ ਮੋਬਾਈਲ 'ਤੇ ਜਿਹੜਾ ਹੈਗਾ ਸ਼ਿਵ ਕੁਮਾਰ ਉਰਫ ਭੋਲੂ ਜਿਹੜਾ ਹੈਗਾ ਆ ਆਪਣਾ ਨਿਰੰਕਾਰੀ ਭਵਨ ਵਾਲੀ ਦਸ਼ਮੇਸ਼ ਐਵੀਨਿਊ ਮਜੀਠਾ ਰੋਡ ਦਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਅਤੇ ਦੂਜਾ ਸਾਥੀ ਇਹਦਾ ਨੋਮੀਨੇਟ ਕਰ ਲਿਆ ਹੈਗਾ ਜੀ। ਅਤੇ ਇਹ ਸਾਡਾ ਇਹਦੇ ਵਿੱਚ ਜਿਹੜਾ ਮੋਬਾਈਲ ਇਹਨਾਂ ਨੇ ਖੋਇਆ ਸੀਗਾ ਉਹ ਵੀ ਅਸੀਂ ਬਰਾਮਦ ਕਰ ਲਿਆ। ਸੈਕਿੰਡ ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨੇ, ਉਹਦੇ ਵਿੱਚ 358 ਨੰਬਰ FIR ਨੰਬਰ ਸੀਗਾ 379B। ਇਹਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਅਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ, ਇੱਕ ਨੁਸ਼ਹਿਰਾ ਖੁਰਦ ਦਾ ਹੈਗਾ ਅਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ। ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਿਡੌਣੇ ਪਿਸਟਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਿਵਾ ਵਰਤੀ ਗਈ ਸੀਗੀ ਇਹਨਾਂ ਕੋਲ, ਉਹ ਜਿਹੜੀ ਆ ਬਰਾਮਦ ਕਰਦੀ ਆ। ਔਰ ਇਹ ਬੜਾ ਸਨਸਨੀ ਖੇਸ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਟਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ। ਸਾਡੇ CP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਸਾਡੇ SHO ਸਦਰ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟਰੇਸ ਕਰ ਲਿਆ। ਇਹਦੇ ਵਿੱਚ ਜਿਹੜੀ ਵਰਤਾ ਗਿਆ ਖਿਡੌਣਾ ਪਿਸਤੌਲ ਉਹ ਵੀ ਬਰਾਮਦ ਕਰ ਲਿਆ, ਮੋਬਾਈਲ ਵੀ ਕਰ ਲਿਆ ਅਤੇ ਐਕਟਿਵਾ ਵੀ ਜਿਹਦੇ 'ਤੇ ਵਾਰਦਾਤ ਕੀਤੀ ਗਈ ਉਹ ਐਕਟਿਵਾ ਵੀ ਰਿਕਵਰ ਕਰ ਲਈ ਹੈ ਔਰ ਇਹ ਕੇਸ ਸਾਡਾ ਜਿਹੜਾ ਸੋਲਵ ਹੋ ਗਿਆ। ਅੱਜ ਰਾਜਪੁਰਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੁੰਦੀ ਹੈ ਜਦੋਂ ਸ਼ਹਿਰ ਦੇ ਵਿੱਚ ਚੋਰੀ ਦੀ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ ਕਰ ਲਿੱਤੇ ਜਾਂਦੇ ਨੇ। ਇਸ ਸੰਬੰਧੀ ਗੱਲਬਾਤ ਕਰਦਿਆਂ SHO CT ਪ੍ਰਿੰਸਪ੍ਰੀਤ ਭੱਟੀ ਨੇ ਦੱਸਿਆ ਕਿ ਰਾਜਪੁਰਾ ਦੇ ਵਿੱਚ ਚੋਰੀ ਦੀ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ 3 ਵਹੀਕਲ, 1 ਐਕਟਿਵਾ ਤੇ 2 ਮੋਟਰਸਾਈਕਲ ਸਮੇਤ ਕਾਬੂ ਕਰ ਲਿੱਤੇ ਗਏ ਨੇ। ਉਹਨੇ ਵੀ ਕਿਹਾ ਕਿ ਇੰਨੇ ਹੀ ਨਹੀਂ, ਇਸ ਤੋਂ ਇਲਾਵਾ 12 ਮੋਬਾਈਲ ਖੋਹ ਅਤੇ ਦੁਕਾਨਦਾਰ ਤੋਂ ਚੋਰੀ ਕਰਨ ਵਾਲੇ ਵੀ ਬਰਾਮਦ ਕੀਤੇ ਗਏ ਨੇ। ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਅਤੇ ਕਿਸੇ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਬਣਾਇਆ ਜਾਵੇ। ਇਹਦੇ ਵਿੱਚ ਅਸੀਂ 2 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ, 1 ਐਕਟਿਵਾ ਜੀ ਅਤੇ ਟੋਟਲ 12 ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਜਿਹੜੇ ਵੱਖ ਵੱਖ ਥਾਂ ਤੋਂ ਖੋਹ ਹੋਏ ਹੋਏ ਨੇ। ਦੋਸ਼ੀ ਕਿੰਨੇ ਦੋਸ਼ੀ ਫੜੇ ਗਏ? ਟੋਟਲ ਦੋਸ਼ੀ 4 ਫੜੇ ਗਏ ਨੇ ਜੀ, ਅੱਡ ਅੱਡ ਮੁਕੱਦਮਿਆਂ ਵਿੱਚ, ਲੋਕਲ ਰਹਿਣ ਵਾਲੇ ਨੇ, ਕੋਈ ਨੇੜੇ ਤੇੜੇ ਰਾਜਪੁਰੇ ਦੇ ਰਹਿਣ ਵਾਲੇ ਨੇ। ਕੀ ਲੱਗਦਾ ਕਿ ਨਸ਼ਾ ਨੁਸ਼ਾ ਕਰਕੇ ਕਰਦੇ ਸਨ ਜਾਂ ਪਹਿਲਾਂ ਵੀ ਕ੍ਰਾਈਮ ਇਹਨਾਂ ਦੇ ਪਿਛਲੇ ਹੈਗਾ? ਇਹਨਾਂ ਦੀ ਜੀ ਤਫਤੀਸ਼ ਚੱਲ ਰਹੀ ਆ, ਪਰ ਜੋ ਮੁੱਖ ਕਾਰਨ ਆਇਆ ਇਹਨਾਂ ਦਾ ਵੀ ਨਸ਼ੇ ਦੀ ਤੋੜ ਨੂੰ ਮਿਟਾਉਣ ਲਈ ਇਹ ਕ੍ਰਾਈਮ ਕਰਦੇ ਨੇ। ਜਿਹੜੇ ਐਕਟਿਵਾ ਮਾਲਕ ਨੇ ਜਾਂ ਬਾਈਕ ਮਾਲਕ, ਉਹਨਾਂ ਨੂੰ ਪਤਾ ਲੱਗਿਆ ਕੋਈ ਕਿੱਥੋਂ? ਨਹੀਂ ਜੀ, ਹਾਲੇ ਅਸੀਂ ਇਹਨਾਂ ਦੀ ਰਿਕਵਰੀ ਕੀਤੀ ਆ, ਬਾਕੀ ਅਸੀਂ ਅੱਗੇ ਇਸ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਮਾਲਕਾਂ ਤੱਕ ਇਹਨਾਂ ਦੀ ਚੀਜ਼ਾਂ ਨੂੰ ਜ਼ਰੂਰ ਪਹੁੰਚਾਵਾਂਗੇ। ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਅੱਜ ਪਿੰਡ ਰਾਮ ਸੁਖਪੁਰਾ, ਰੂਪਨਗਰ, ਬਾਰਿਕਾ, ਮੁਰਾਦਵਾਲਾ, ਭੌ ਸਿਵਾਣਾ ਅਤੇ ਨਵਾਂ ਸਿਵਾਣਾ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਹਨਾਂ ਨੇ ਪਿੰਡ ਸਿਵਾਣਾ ਨੂੰ ਵਿਕਾਸ ਕਾਰਜਾਂ ਲਈ 21 ਲੱਖ ਅਤੇ ਪਿੰਡ ਰੂਪਨਗਰ ਨੂੰ 16,70,000 ਰੁਪਏ ਦੀ ਗ੍ਰਾਂਟ ਵੀ ਦਿੱਤੀ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੇਂਡੂ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਹੈ ਕਿ ਸਰਹੱਦੀ ਪਿੰਡਾਂ 'ਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਵੀ ਚੱਲ ਰਹੇ ਨੇ। ਠੰਡ ਆਪਣੇ ਪੂਰੇ ਸ਼ਬਾਬ ਤੇ ਹੈ। ਪੰਜਾਬ ਅਤੇ ਹਰਿਆਣਾ 'ਚ ਧੁੰਦ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਸਵੇਰੇ ਹੀ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਵੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਾਰੀ ਰਹੇਗੀ। ਪੰਜਾਬ 'ਚ ਨਵੇਂ ਸਾਲ 'ਤੇ ਧੁੰਦ ਛਾਈ ਰਹੇਗੀ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ 'ਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਹੋਇਆ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਠੰਡ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਪਟਿਆਲਾ ਬੇਹੱਦ ਸੰਘਣੀ ਧੁੰਦ ਦੇ ਨਾਲ ਪ੍ਰਭਾਵਿਤ ਹੋਣਗੇ। 30 ਅਤੇ 31 ਦਸੰਬਰ ਦੇ ਲਈ ਔਰੇਂਜ ਅਲਰਟ ਹੈ ਅਤੇ 1 ਜਨਵਰੀ 2024 ਦੇ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ। ਤੇ ਹੁਣ ਇੱਕ ਨਜ਼ਰ ਮੌਸਮ ਦੇ ਵੱਲ। ਪੰਜਾਬੀ ਬੁਲੇਟਿਨ ਲੈ ਕੇ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ। ਹਰਮਨ ਕਲਾਰ ਨੂੰ ਦਿਓ ਇਜਾਜ਼ਤ। ਧੰਨਵਾਦ।